ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਵਨ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਰਣਜੀਤ ਕੌਰ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀ ਹੈਡਲਾਈਨ ਬਿਹਾਰ ਵਿੱਚ ਹੜ੍ਹ ਲਗਾਤਾਰ ਮਚਾ ਰਿਹਾ ਤਬਾਹੀ ਤੇ ਪ੍ਰਸ਼ਾਸਨ ਨਹੀਂ ਦੇ ਰਿਹਾ ਇਸ ਵੱਲ ਕੋਈ ਧਿਆਨ ਸਾਂਸਦ ਕਿਰਨ ਖੇਰ ਨੇ ਮਹਿਲਾਵਾਂ ਦੀ ਸੁਰੱਖਿਆ ਤੇ ਦਿੱਤੇ ਅਟਪਟੇ ਬਿਆਨ ਕਿਹਾ ਮਰਦਾਂ ਨੂੰ ਰਾਤ ਵੇਲੇ ਘਰ ਤੋਂ ਬਾਹਰ ਨਾ ਜਾਣ ਦੇਵੋ 49 ਸੈਕਟਰ ਵਿੱਚ ਨਵੀਂ ਬਣੀ ਡਿਸਪੈਂਸਰੀ ਦਾ ਉਦਘਾਟਨ ਕਰਨ ਪਹੁੰਚੇ ਸੀ ਕਿਰਨ ਖੇਰ ਹਰਸਿਮਰਤ ਕੌਰ ਬਾਦਲ ਨੇ ਪ੍ਰੈਸ ਨਾਲ ਕੀਤੀ ਗੱਲਬਾਤ ਪੰਜਾਬ ਸਰਕਾਰ ਤੇ ਕੀਤੇ ਤਿੱਖੇ ਸ਼ਬਦੀ ਹਮਲੇ ਬਲਾਤਕਾਰ ਦਾ ਸ਼ਿਕਾਰ ਹੋਈ ਨਾਬਾਲਿਗ ਬੱਚੀ ਬਣੀ ਮਾਂ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਿੱਤਾ ਬੱਚੀ ਨੂੰ ਜਨਮ ਤੇ ਹੁਣ ਖਬਰਾਂ ਵਿਸਥਾਰ ਨਾਲ ਬਿਹਾਰ ਵਿੱਚ ਹੜ੍ਹ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੇ ਚਲਦੇ ਹਰ ਰੋਜ਼ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਇਸ ਸਮੇਂ 15 ਜ਼ਿਲ੍ਹੇ ਹੜ੍ਹ ਦੀ ਚਪੇਟ ਵਿੱਚ ਨੇ ਜਿਸ ਦਾ ਪ੍ਰਭਾਵ ਸਿੱਧੇ ਤੌਰ ਤੇ 93 ਲੱਖ ਲੋਕਾਂ ਤੇ ਹੋਇਆ ਬਚਾਅ ਲਈ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਪਰ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਬਚਾਵ ਕਾਰਜ ਉਸ ਪੱਧਰ ਦਾ ਨਹੀਂ ਹੈ ਜਿੰਨੀ ਭਿਆਨਕ ਤਬਾਹੀ ਹੜ੍ਹ ਨਾਲ ਹੋ ਰਹੀ ਹੈ ਵੈਸੇ ਤਾਂ ਬਿਹਾਰ ਵਿੱਚ ਹਰ ਸਾਲ ਹੀ ਹੜ੍ਹ ਆਉਂਦਾ ਹੈ ਅਤੇ ਹਰ ਸਾਲ ਹੀ ਤਬਾਹੀ ਵੀ ਹੁੰਦੀ ਹੈ ਪਰ ਇਸ ਵਾਰ ਦੇ ਹੜ੍ਹ ਨੂੰ 2008 ਦੇ ਹੜ੍ਹ ਤੋਂ ਵੀ ਭਿਆਨਕ ਮੰਨਿਆ ਜਾ ਰਿਹਾ ਬਿਊਟੀਫੁੱਲ ਸਿਟੀ ਚੰਡੀਗੜ੍ਹ ਹੁਣ ਹੌਲੀ ਹੌਲੀ ਕ੍ਰਾਈਮ ਸਿਟੀ ਬਣਦੀ ਜਾ ਰਹੀ ਹੈ ਹਾਈ ਪ੍ਰੋਫਾਈਲ ਛੇੜਖਾਨੀ ਦੇ ਮਾਮਲੇ ਤੋਂ ਬਾਅਦ ਲਗਾਤਾਰ ਛੇੜਛਾੜ ਅਤੇ ਰੇਪ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਇਸ ਮੁੱਦੇ ਤੇ ਸਾਂਸਦ ਕਿਰਨ ਖੇਰ ਪੁਲਿਸ ਅਤੇ ਪ੍ਰਸ਼ਾਸਨ ਦਾ ਬਚਾਅ ਕਰਦੀ ਨਜ਼ਰ ਆਈ ਸਾਂਸਦ ਕਿਰਨ ਖੇਰ ਨੇ ਮਹਿਲਾਵਾਂ ਦੀ ਸੁਰੱਖਿਆ ਤੇ ਅਟਪਟੇ ਬਿਆਨ ਦਿੱਤੇ ਉਹਨਾਂ ਨੇ ਕਿਹਾ ਕਿ ਸਾਰੀ ਸਮੱਸਿਆ ਆਦਮੀਆਂ ਦੇ ਕਾਰਨ ਹੀ ਹੈ ਉਹਨਾਂ ਨੂੰ ਮਾਈਂਡ ਸੈੱਟ ਦੀ ਪ੍ਰੋਬਲਮ ਹੈ ਮਰਦ ਨੂੰ ਰਾਤ ਨੂੰ ਘਰ ਤੋਂ ਬਾਹਰ ਨਾ ਨਿਕਲਣ ਦਿੱਤਾ ਜਾਵੇ ਉਹਨਾਂ ਨੂੰ ਘਰ ਵਿੱਚ ਹੀ ਬੰਦ ਕਰਕੇ ਰੱਖੋ ਤਾਂ ਕੋਈ ਸਮੱਸਿਆ ਨਹੀਂ ਆਵੇਗੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਹਿਰ ਦੇ ਸਾਰੇ ਸੀਸੀਟੀਵੀ ਕੈਮਰੇ ਅਤੇ ਪ੍ਰਸ਼ਾਸਨ ਵੀ ਆਪਣਾ ਕੰਮ ਠੀਕ ਤਰੀਕੇ ਨਾਲ ਕਰ ਰਿਹਾ 2 ਦਿਨ ਪਹਿਲਾਂ 12 ਸਾਲ ਦੀ ਮਾਸੂਮ ਨਾਲ ਹੋਈ ਹੈਵਾਨੀ ਅਤੇ ਕਿਰਨ ਖੇਰ ਨੇ ਕਿਹਾ ਕਿ ਲੋਕਾਂ ਨੂੰ ਆਪਣਾ ਮਾਈਂਡਸੈਟ ਬਦਲਣਾ ਚਾਹੀਦਾ ਤਾਂ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਠੱਲ ਪਾਈ ਜਾ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਕਿਰਨ ਖੇਰ ਸੈਕਟਰ 49 ਵਿੱਚ ਬਣੀ ਨਵੀਂ ਸਿਵਲ ਡਿਸਪੈਂਸਰੀ ਦਾ ਉਦਘਾਟਨ ਕਰਨ ਪਹੁੰਚੇ ਸਨ ਲਾਅ ਐਂਡ ਆਰਡਰ ਵਾਸਤੇ ਪੁਲਿਸ ਕਰ ਰਹੀ ਹੈ ਪ੍ਰਸ਼ਾਸਨ ਕਰ ਰਿਹਾ ਹੈ ਮੈਂ ਤਾਂ ਸਿਰਫ ਪ੍ਰੈਸ਼ਰ ਹੀ ਪਾ ਸਕਦੀ ਹਾਂ ਨਾ ਕਿ ਪਲੀਜ਼ ਕੁਝ ਕਰੀਏ ਕੁਝ ਕਿਆ ਹੈ ਦੇਖੀਏ ਹਮਾਰੇ ਦੇਸ਼ ਮੇਂ ਸਾਫ ਸਪਸ਼ਟ ਬਾਤ ਕਰਤੀ ਹੂੰ ਸਿਰਫ ਚੰਡੀਗੜ੍ਹ ਮੇਂ ਨਹੀਂ ਹੈ ਪੂਰੇ ਦੇਸ਼ ਮੇਂ ਇਹ ਪ੍ਰੋਬਲਮ ਹੈ ਇਹ ਆਦਮੀਓ ਕੇ ਮਾਇੰਡ ਸੈੱਟ ਕੀ ਪ੍ਰੋਬਲਮ ਹੈ ਇਸਕੇ ਅੰਦਰ ਕਿਸੀ ਕੇ ਦਿਮਾਗ ਮੇਂ ਕਿਆ ਕਿਸ ਵਕਤ ਚੱਲ ਰਹਾ ਹੈ ਇਹ ਤੋ ਨਾ ਕੋਈ ਪੁਲਿਸ ਪਤਾ ਨਹੀਂ ਕਰ ਸਕਤੀ ਇਸ ਬਾਤ ਕੋ ਕੌਣ ਖੁਰਾਫਾਤ ਕਰਨੇ ਵਾਲਾ ਕੌਣ ਗੰਦ ਕਰਨੇ ਵਾਲਾ ਹੈ ਉਹ ਬੱਚੀ ਵਿਚਾਰੀ ਜੋ 10 ਸਾਲ ਕੀ ਜਿਸਕੇ ਅੱਜ ਸਿਜ਼ੇਰੀਅਨ ਹੋਣੇ ਵਾਲਾ ਹੈ ਉਸਕੇ ਘਰ ਕੇ ਜੈਸੇ ਘਰ ਕੇ ਅੰਦਰ ਹੀ ਚੱਲ ਰਹਾ ਥਾ ਉਸਕੇ ਘਰ ਕੇ ਅੰਦਰ ਰਿਲੇਟਿਵ ਇਹ ਬਹੁਤ ਇਹ ਸਮਾਜ ਕੀ ਇੱਕ ਬਹੁਤ ਬੜੀ ਬਹੁਤ ਬੜਾ ਅਭਿਸ਼ਾਪ ਹੈ ਪੂਰੇ ਸਮਾਜ ਮੇਂ ਔਰ ਇਹ ਸਿਰਫ ਇਸ ਦੇਸ਼ ਮੇਂ ਨਹੀਂ ਹੈ ਹਰ ਦੇਸ਼ ਮੇਂ ਹੈ ਤੋ ਜਬ ਕੋਈ ਕਹਿਤਾ ਹੈ ਕਿ ਬੇਟੀਓਂ ਕੋ ਸੁਰੱਖਿਅਤ ਰੱਖੀਏ ਰਾਤ ਕੋ ਬਾਹਰ ਨਾ ਜਾਣੇ ਦੇ ਜਬ ਕਹਿਤੀ ਹੂੰ ਜੇ ਸਾਰਾ ਪ੍ਰੋਬਲਮ ਹੀ ਮਰਦੋਂ ਕੇ ਕਾਰਨ ਹੈ ਤੋ ਮਿਹਰਬਾਨੀ ਕਰਕੇ ਮਰਦੋਂ ਕੋ ਰਾਤ ਕੋ ਬਾਹਰ ਨਾ ਜਾਣੇ ਦੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਦੇ ਇੱਕ ਨਿੱਜੀ ਪੈਲਸ ਵਿੱਚ ਆ ਕੇ ਪ੍ਰੈਸ ਨਾਲ ਗੱਲਬਾਤ ਕੀਤੀ ਇਸ ਵਿੱਚ ਉਹਨਾਂ ਨੇ ਬੋਲਦੇ ਹੋਏ ਦੱਸਿਆ ਕਿ ਅੱਜ ਪੰਜਾਬ ਵਿੱਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਚੁੱਕੇ ਨੇ ਕਿਸਾਨਾਂ ਦੀ ਫਸਲ ਨੂੰ ਸਫੇਦ ਮੱਖੀ ਤੋਂ ਬਚਾਉਣ ਲਈ ਅਤੇ ਉਹਨਾਂ ਦੀ ਫਸਲ ਨੂੰ ਮਰਨ ਤੋਂ ਬਚਾਉਣ ਲਈ ਕਿਸੇ ਵੀ ਮੰਤਰੀ ਦੁਆਰਾ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਮਾਨਸਾ ਹਲਕੇ ਵਿੱਚ ਆਏ ਸਨ ਅਤੇ ਅਸੀਂ ਟੀਵੀ ਤੇ ਵੇਖਿਆ ਵੀ ਸੀ ਕਿ ਪੁਲਿਸ ਨੇ ਪੂਰੀ ਚੇਨ ਬਣਾਈ ਹੋਈ ਸੀ ਕਿਸਾਨਾਂ ਨੂੰ ਮੁੱਖ ਮੰਤਰੀ ਸਾਹਿਬ ਤੱਕ ਪੁੱਜਣ ਵੀ ਨਹੀਂ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਇਹ ਕਹਿ ਕੇ ਚਲੇ ਗਏ ਕਿ ਸਬਰ ਰੱਖੋ ਨਵੰਬਰ ਤੱਕ ਸਭ ਕੁਝ ਹੱਲ ਹੋ ਜਾਵੇਗਾ ਪਰ ਜਦੋਂ ਅਸੀਂ ਕੁਝ ਦਿਨ ਪਹਿਲਾਂ ਦੌਰਾ ਕੀਤਾ ਤਾਂ ਕਿਸਾਨਾਂ ਤੋਂ ਪੁੱਛਿਆ ਕਿ ਤੁਹਾਡੇ ਤੱਕ ਕੋਈ ਮੰਤਰੀ ਆਇਆ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਤੱਕ ਕੋਈ ਵੀ ਅਧਿਕਾਰੀ ਅਤੇ ਕੋਈ ਵੀ ਮੰਤਰੀ ਨਹੀਂ ਆਇਆ ਜੋ ਸਾਨੂੰ ਦੱਸ ਸਕੇ ਕਿ ਅਸੀਂ ਆਪਣੀ ਫਸਲਾਂ ਨੂੰ ਕਿਵੇਂ ਬਚਾ ਸਕਦੇ ਹਾਂ ਉਹ ਜਦ ਅੱਜ ਐਮਰਜੈਂਸੀ ਦੇ ਹਾਲਾਤ ਪੰਜਾਬ 'ਚ ਨਰਮੇ ਦੇ ਕਿਸਾਨਾਂ ਦੇ ਪੈਦਾ ਹੋਏ ਹੋਏ ਨੇ ਕਿਸਾਨ ਨੂੰ ਫਸਲ ਕਿਵੇਂ ਬਚਾਈਏ ਚਿੱਟੇ ਮੱਛਰ ਦੇ ਮਾਰ ਤੋਂ ਉਹ ਕੀ ਸਪਰੇਅ ਕਰੇ ਕੀ ਨਾ ਕਰੇ ਕਿਵੇਂ ਆਪਣੇ ਪੈਸੇ ਬਚਾਏ ਅਤੇ ਫਸਲ ਬਚਾਏ ਇਹ ਉਹਨੂੰ ਦੱਸਣ ਵਾਸਤੇ ਕੋਈ ਕਿਸਾਨ ਤਾਈਂ ਪਹੁੰਚ ਕਰ ਹੀ ਨਹੀਂ ਰਿਹਾ ਹੈਗਾ ਮੁੱਖ ਮੰਤਰੀ ਸਾਹਿਬ ਮਾਨਸੇ ਹਲਕੇ ਵਿੱਚ ਆਏ ਸੀਗੇ ਮਾਨਸੇ ਹਲਕੇ 'ਚ ਟੈਲੀਵਿਜ਼ਨ 'ਚ ਮੈਂ ਦੇਖਿਆ ਕਿ ਪੁਲਿਸ ਨੇ ਪੂਰੀ ਚੇਨ ਬਣਾ ਕੇ ਉਹਨਾਂ ਮੁੱਖ ਮੰਤਰੀ ਸਾਹਿਬ ਨੂੰ ਅੱਡ ਕੀਤਾ ਅਤੇ ਕਿਸਾਨ ਅੱਡ ਸੀਗੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਬੈਠੇ ਗ੍ਰਾਮੀਣ ਡਾਕ ਸੇਵਾ ਮੁਲਾਜ਼ਮਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਇਸ ਦੌਰਾਨ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਜਲਦ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਟ੍ਰੇਨਾਂ ਨੂੰ ਰੋਕਿਆ ਜਾਵੇਗਾ
ਪ੍ਰਧਾਨ ਮੱਖਣ ਸਿੰਘ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਵਿੱਚ 10 ਸਾਲ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤੇ 18,000 ਤਨਖਾਹ ਡਿਊਟੀ ਸਮੇਂ ਮੁਲਾਜ਼ਮਾਂ ਨੂੰ ਬੂਟ ਵਰਦੀ ਆਦਿ ਸਭ ਵੀ ਦਿੱਤਾ ਜਾਵੇ। ਆਲ ਇੰਡੀਆ ਜੀਡੀਐਸ ਯੂਨੀਅਨ ਜਲੰਧਰ ਡਿਵੀਜ਼ਨ ਸਬ ਡਿਵੀਜ਼ਨ ਨਵਾਂਸ਼ਹਿਰ ਦਾ ਪ੍ਰਧਾਨ ਤੇ ਅਸੀਂ ਅੱਜ ਤੋਂ 2 ਮਹੀਨੇ ਪਹਿਲਾਂ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਸਰਕਾਰ ਦੇ ਨਾਲ ਕਮਿਟਮੈਂਟ ਕੀਤੀ ਸੀ। ਸਰਕਾਰ ਨੇ ਸਾਨੂੰ ਵਾਅਦਾ ਕੀਤਾ ਸੀ ਵੀ ਇੱਕ ਮਹੀਨੇ ਦੇ ਵਿੱਚ ਵੀ ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ, ਪਰ ਇੱਕ ਸਮਾਂ ਬੀਤਣ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਤਾਂ 15 ਅਗਸਤ ਤੱਕ ਵੇਟ ਕਰੋ। 15 ਅਗਸਤ ਦਾ ਸਮਾਂ ਸਾਡੇ ਕੋਲ ਫੇਲ ਲੈ ਕੇ ਸਾਨੂੰ ਟਾਲ ਮਰੋੜ ਕਰ ਗਏ। ਸਰਕਾਰ ਸਾਡੀ ਬਿਲਕੁਲ ਸੁਣਾਈ ਨਹੀਂ ਕਰਦੀ। ਸਾਡੇ ਜਿਹੜੇ ਜੀਡੀਐਸ ਮੁਲਾਜ਼ਮ ਆ ਇਹ ਤਕਰੀਬਨ ਜਿਹੜੇ ਲੋਕ 40,000 ਤੋਂ ਲੈ ਕੇ 80,000 ਤੱਕ ਕੰਮ ਸਾਡੇ ਡਾਕ ਵਿੱਚ ਕੰਮ ਡਾਕ ਵਿਭਾਗ ਵਿੱਚ ਕੰਮ ਕਰਦੇ ਆ ਉਹਨਾਂ ਦੇ ਬਰਾਬਰ ਕੰਮ ਕਰਦੇ ਹਨ, ਲੇਕਿਨ ਉਹਨੂੰ ਬੇਤਾਨਾ 5,000 ਤੋਂ ਲੈ ਕੇ 11-12,000 ਦੇ ਕਰੀਬ ਮਿਲਦਾ ਹੈ। ਹਾਂਸੀ ਵਿੱਚ ਗੁਪਤ ਸੂਚਨਾ ਦੇ ਆਧਾਰ ਤੇ CIA ਪੁਲਿਸ ਨੇ 5 ਅਵੈਧ ਪਿਸਟਲ ਅਤੇ 11 ਜ਼ਿੰਦਾ ਕਾਰਤੂਸ ਸਮੇਤ ਰਾਜੇਸ਼ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। CIA ਪੁਲਿਸ ਦੇ ਇੰਚਾਰਜ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਆਰੋਪੀ ਬਾਰੇ ਸਾਨੂੰ ਪੱਕੀ ਖਬਰ ਮਿਲੀ ਹੋਈ ਸੀ, ਜਿਸ ਦੇ ਚੱਲਦਿਆਂ ਆਰੋਪੀ ਨੂੰ ਕਾਬੂ ਕਰ ਲਿੱਤਾ ਗਿਆ। ਪੁੱਛਗਿੱਛ ਵਿੱਚ ਆਰੋਪੀ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਹੋਰ ਕਈ ਵੱਡੇ ਬਦਮਾਸ਼ਾਂ ਨਾਲ ਮੇਲ ਮਿਲਾਪ ਹਨ, ਜੋ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਫਿਲਹਾਲ ਆਰੋਪੀ ਨੂੰ ਛੇਤੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। इस लड़के को इन्फॉर्मेशन के आधार पे आज 6 टीम ने इसको कैच किया, तो इसके पास से कुल 5 असले नाजायज़ रिकवर हुए हैं, उनमें से एक 32 का, 315 के और एक 312 का है, और इनके पास से कारतूस और रोल भी बरामद हुए हैं। तो इससे पूछताछ में अभी प्राइमरी बेस पे ये पता लगा है कि इसके पास से 3 असले तो पिके नाम का लड़का है जो जिन जेल में बंद है, जिन में इसने फायरिंग वगैरह की थी पटियाला चौक के पास, और वो फिलहाल जीन जेल में है। उसने 3 असले इसके पास रखे हुए थे और वो जेल से आके इसके पास से लेने वाले थे। एक असला जो है इसने सुरेंद्र रूप झंडा का ही बताया। एक असला जो है कुलदीप है सिसाई गांव का। ਧੂਰੀ ਵਿੱਚ ਆੜ੍ਹਤੀ ਐਸੋਸੀਏਸ਼ਨ ਦੀ ਇੱਕ ਖਾਸ ਮੀਟਿੰਗ ਕੀਤੀ ਗਈ, ਜਿਸ ਨੂੰ ਸੰਬੋਧਿਤ ਕਰਨ ਲਈ ਆੜ੍ਹਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਖਾਸ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਉਹਨਾਂ ਨੇ ਕਿਹਾ ਕਿ ਕਿਸਾਨ ਬੁਰੀ ਤਰ੍ਹਾਂ ਪਰੇਸ਼ਾਨ ਹਨ, ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਪਰੇਸ਼ਾਨੀਆਂ ਨੂੰ ਪਹਿਲ ਦੇਣ, ਉਹਨਾਂ ਦਾ ਦੁੱਖ ਸੁਣਨ, ਤਾਂ ਕਿ ਕਿਸਾਨ ਆਤਮ ਹੱਤਿਆ ਨਾ ਕਰਨ। ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੇ ਕੱਲੜਾ ਜੀ ਪੰਜਾਬ ਦੀ ਮੰਡੀ ਦਾ ਦੌਰਾ ਕਰਦੇ ਹੈ, ਅੱਜ ਧੂਰੀ ਪਹੁੰਚਣ 'ਤੇ ਅਸੀਂ ਉਹਨਾਂ ਦਾ ਸਵਾਗਤ ਕੀਤਾ ਹੈ। ਜੋ ਵੀ ਸਾਡੇ ਪੰਜਾਬ ਦੇ ਫੈਸਲੇ ਹੋਣਗੇ ਉਹਨੂੰ ਅਸੀਂ ਖਿੜੇ ਮੱਥੇ ਪ੍ਰਵਾਨ ਕਰਾਂਗੇ, ਉਹਦੀ ਗੱਲਾਂ 'ਤੇ ਫੁੱਲ ਚੜ੍ਹਾਵਾਂਗੇ। ਜਿਸ ਤਰ੍ਹਾਂ ਵੀ ਇਹਨਾਂ ਨੇ ਫੈਸਲੇ ਲਏ ਨੇ ਅਤੇ ਲੈਣੇ ਨੇ, ਉਹ ਬੜੇ ਸੋਚ ਸਮਝ ਕੇ ਫੈਸਲੇ ਲੈਂਦੇ, ਦੂਰਅੰਦੇਸ਼ੀ ਇਨਸਾਨ ਨੇਗੇ। 2 ਸਾਲ ਤੋਂ ਸਾਡੀ ਮੰਡੀ ਵੀ ਇਹਨਾਂ ਦੇ ਨਾਲ ਜੁੜੀ ਹੋਈ ਹੈ। ਮੀਟਿੰਗ ਦਾ ਮੁੱਖ ਮਕਸਦ ਸਾਡਾ ਅੱਜ ਦਾ ਹੈ ਕਿ ਅਸੀਂ ਪੰਜਾਬ ਦੀਆਂ ਹਰੇਕ ਮੰਡੀ ਛੋਟੀ ਮੰਡੀ ਜਾ ਕੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ, ਆੜ੍ਹਤੀ ਵਰਗ ਨੂੰ ਇੱਕ ਮਾਲਾ 'ਚ ਪਰੋਵੋ, ਆਪਣੇ ਆਪ ਨੂੰ ਹਿੱਸਿਆਂ 'ਚ ਨਾ ਵੰਡੋ, ਏਕਤਾ ਦੀ ਬੜੀ ਲੋੜ ਹੈ। ਬਹੁਤ ਸਾਰੀਆਂ ਚੁਣੌਤੀਆਂ ਸਾਡੇ ਸਾਹਮਣੇ ਅੱਜ ਖੜੀਆਂ। ਇੱਕ ਰਾਈਸ ਇੰਡਸਟਰੀ ਪਿਛਲੇ 3 ਸਾਲ ਪਹਿਲਾਂ ਬਾਸਮਤੀ ਦੇ ਰੇਟ ਡਾਊਨਫਾਲ ਆਉਣ ਕਰਕੇ ਬਹਾਨਾ ਬਣਾ ਕੇ ਕੁਛ ਬੇਈਮਾਨ ਲੋਕਾਂ ਨੇ ਸਾਡਾ ਕਰੀਬ 600 ਕਰੋੜ ਰੁਪਏ 3 ਸਾਲਾਂ ਰੋਕਿਆ। ਸਾਡਾ ਆੜ੍ਹਤੀ ਵਰਗ ਅੱਜ ਮੈਂ ਸਮਝਦਾ ਕਿ ਜਿਸ ਤਰ੍ਹਾਂ ਕਿਸਾਨ ਖੁਦਕੁਸ਼ੀਆਂ ਤੋਂ ਤੁਰਿਆ, ਉਹ ਮਜਬੂਰ ਹੋ ਗਿਆ 3 ਸਾਲਾਂ 'ਚ ਪੈਸੇ ਨਾ ਆਉਣ ਕਰਕੇ। ਛੋਟਾ ਦੁਕਾਨਦਾਰ ਜਿਹਦਾ ਕੋਈ 10-20 ਲੱਖ ਆਪਦੀ ਰਾਸ ਹੈ, ਉਹ 20-30 ਲੱਖ ਰੁਪਏ ਰਾਈਸ ਮਿਲਰਾਂ ਤੋਂ ਲੈਣਾ ਹੈ। ਇੱਕ ਤਾਂ ਅਸੀਂ ਉਹ ਲਿਸਟਾਂ ਲੈ ਰਹੇ ਹਾਂ, ਦੂਸਰਾ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਕੁਛ ਲੋਕ ਜਿਹੜੀ ਆਤਮ ਹੱਤਿਆ ਹੋ ਰਹੀ ਹੈ, ਬੜੀਆਂ ਦੁਖਦਾਈ ਹੈ, ਸਾਨੂੰ ਉਸਦਾ ਬੜਾ ਅਫਸੋਸ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ, ਕਿਸਾਨ ਜਥੇਬੰਦੀਆਂ ਕੋਈ ਵੀ ਕਿਸਾਨ ਆਤਮ ਹੱਤਿਆ ਕਰਨ ਤੋਂ ਪਹਿਲਾਂ ਉਹਨੂੰ ਰੋਕਣ ਵਾਸਤੇ ਪਿੰਡਾਂ 'ਚ ਜਾ ਕੇ ਉਹਨਾਂ ਨਾਲ ਗੱਲਬਾਤ ਸੁਣ, ਉਹਨਾਂ ਦਾ ਦੁੱਖ ਵੰਡਾਉਣ, ਉਹਨਾਂ ਦੀ ਜਿਹੜੀ ਵਿੱਤੀ ਸਹਾਇਤਾ ਉਹ ਜਿਉਂਦਿਆਂ ਕਰਨ, ਨਾ ਕਿ ਮਰਨ ਤੋਂ ਬਾਅਦ ਕਰਨ, ਸਰਕਾਰਾਂ ਵੀ ਅਤੇ ਜਿਹੜੇ ਕਿਸਾਨ ਜਥੇਬੰਦੀਆਂ ਵੀ। ਵਿਰੋਧੀ ਪਾਰਟੀਆਂ ਵੀ ਜਿਹੜੀਆਂ ਅੱਜ ਗੱਲਾਂ ਕਰਦੀਆਂ, ਮੈਂ ਸਮਝਦਾ ਸਿਆਸੀ ਰੋਟੀਆਂ ਸਿੱਕਣੀਆਂ ਬੰਦ ਕਰਕੇ ਵੇਲਾ ਲੰਘ ਨਾ ਜਾਵੇ, ਜੇ ਪੰਜਾਬ ਦੀ ਕਿਸਾਨੀ ਮੈਂ ਸਮਝਦਾ ਕਿ ਬਰਬਾਦ ਹੋ ਗਈ ਤਾਂ ਪੰਜਾਬ ਵੱਸਦਾ ਨਹੀਂ ਰਹਿ ਸਕਦਾ। ਉਹਦੇ ਵਾਸਤੇ ਲੋਕਾਂ ਨੂੰ ਕਹਿਣ ਆਇਆ ਕਿ ਜਿਹੜੇ ਕੁਛ ਲੋਕ ਪਿੰਡਾਂ ਦੇ ਵਿੱਚ ਸਾਡੇ ਜਦੋਂ ਕੋਈ ਵਾਰਦਾਤ ਹੋ ਜਾਂਦੀ ਹੈ ਉਹਨੂੰ ਆੜ੍ਹਤੀਆਂ ਵਰਗ ਨਾਲ ਜੋੜਦੇ ਆ, ਮੈਂ ਕਹਿੰਦਾ ਉਸ ਤੋਂ ਵੀ ਦੁਖਦਾਈ ਹੈ, ਕਿਉਂਕਿ ਲੈਣ ਦੇਣ ਤਾਂ ਜੁਗਾ ਜਗੰਤਰਾਂ ਤੋਂ ਬਣਿਆ ਆ ਰਿਹਾ। ਹਰ ਇਨਸਾਨ ਪੈਸੇ ਲੈਂਦਾ ਹੈ, ਗਾਂ ਦਿੰਦਾ, ਇਹ ਸਰਕਲ ਚੱਲਦਾ, ਅਤੇ ਉਹਦੇ ਤਹਿਤ ਜੇ ਕਿਸੇ ਨੇ ਪੈਸੇ ਦੇਣੇ ਹੈ ਅਤੇ ਬਾਅਦ 'ਚ ਕੋਈ ਵਾਪਸ ਮੰਗਦਾ ਦੇਣ ਤੋਂ ਬਾਅਦ, ਅਤੇ ਉਹ ਮੌਤ ਹੋ ਜਾਂਦੀ ਹੈ ਕੁਦਰਤੀ ਜਾਂ ਕਿਸੇ ਕਾਰਨ, ਜਾਂ ਉਹ ਆਪ ਮਰ ਜਾਂਦਾ। ਇੱਥੇ ਵੇਲਾ ਹੋ ਚੱਲਿਆ ਇੱਕ ਛੋਟਾ ਜਿਹਾ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।